Muted it, does he? Oh, loading it. Sat Sri Akal saryan. Hello. Oh, tera pada ji. Haan ji, theek thaak ho? Hope you guys doing good. Aajo. Morning, good evening, good afternoon, somewhere good night. अपना बयान तो पीछे हैंगर लाइन फ्रेम खराब हो रहा है. सत श्री अकाल जी सारिआं नूं. सत श्री अकाल वीरे ऑफिशियल दलीप भाई. सत श्री अकाल मनदीप कौर गुजराल जी. सत श्री अकाल दविंदर भारद्वाज. सत श्री अकाल भाजी. सत श्री अकाल के दाम गुर सर. ਸਾਰੇ ਚੜ੍ਹਦੀ ਕਲਾ ਸੱਜਣੋ, ਅੱਜ ਗਾਣਾ ਰਿਲੀਜ਼ ਹੋਇਆ ਜੀ ਆਪਣਾ. ਕਿੰਨਾ ਸੋਹਣਾ ਏ ਪਟਿਆਲਾ, ਹੋ ਕਿੰਨਾ ਸੋਹਣਾ ਏ ਪਟਿਆਲਾ, ਵੇ ਮੈਂ ਸੂਟ ਸਵਾ ਲਿਆ ਕਾਲਾ, ਨਿੱਕੀਆਂ ਨਿੱਕੀਆਂ ਬੂਟੀਆਂ ਵਾਲਾ, ਵਾਲਾ ਜੱਚਦਾ ਮੇਰੇ ਤੇ. ਕੱਲ ਰਾਤੀ ਮੈਂ ਲਿਖਤਾ ਹੋਏ ਤੇਰਾ ਨਾਮ ਬਨੇਰੇ ਤੇ. ਬਹੁਤ ਜ਼ਿਆਦਾ ਸੋਹਣਾ ਲਿਖਿਆ ਹਰਮਨ ਵੀਰੇ ਨੇ ਗਾਣਾ, ਤੇ ਮੰਨਤ ਨੇ ਬਹੁਤ ਸੋਹਣਾ ਗਾਇਆ ਗੁਰਮੀਤ ਭਾਈ ਦਾ ਮਿਊਜ਼ਿਕ. ਹੋ ਜਦੋਂ ਤੂੰ ਨਾਮ ਸੀ ਲਿਖਦੀ ਮੇਰਾ, ਜਦੋਂ ਤੂੰ ਨਾਮ ਸੀ ਲਿਖਦੀ ਮੇਰਾ, ਮੈਨੂੰ ਸੁਪਨਾ ਆ ਗਿਆ ਤੇਰਾ, ਤੇਰਾ ਗੋਲ ਮਾਹੌਲ ਜਿਹਾ ਚਿਹਰਾ, ਮੈਨੂੰ ਕਰੇ ਇਸ਼ਾਰੇ ਨੀ, ਦਿਲ ਤੇ ਛਾਪੀ ਫਿਰਦਾ ਤੇਰਾ ਨਾਮ ਟਿਆਰੇ ਨੀ, ਮੁੰਡਾ ਦਿਲ ਤੇ ਛਾਪੀ ਬੈਠਾ ਤੇਰਾ ਨਾਮ ਟਿਆਰੇ ਨੀ. ਥੈਂਕ ਯੂ ਗਾਈਸ. ਤੇ ਫਿਲਮ ਮੁਕਲਾਵਾ ਰਿਲੀਜ਼ ਹੋ ਜਾਣੀ ਗਾਈਸ 24 May. ਸੋ ਗਾਣਾ ਦਾ ਅੱਜ ਪਹਿਲਾ ਜਿਹੜਾ ਕਾਲਾ ਸੂਟ ਹੈ ਉਹ ਗਾਣਾ ਰਿਲੀਜ਼ ਹੋਇਆ. ਸੋ ਮੈਨੂੰ ਬੜਾ ਸੋਹਣਾ, ਮੇਰੀ ਪੱਗ ਤੇਰੀ ਫੁਲਕਾਰੀ ਆਹੇ ਜਗਦੀ ਬਣ ਬਣ ਤਾਰੇ ਨੇ, ਬਹੁਤ ਸੋਹਣਾ ਰਿਸਪੋਂਸ ਹੈ ਜੀ ਗਾਣੇ ਨੂੰ. ਟ੍ਰੈਂਡਿੰਗ ਦੇ ਵਿੱਚ ਚੱਲਦਾ ਪਿਆ ਗੀਤ, ਤੇ ਤੁਸੀਂ ਇੰਨਾ ਜ਼ਿਆਦਾ ਰਿਸਪੋਂਸ ਪ੍ਰੋਣਾ ਦਿੱਤਾ ਗੀਤ ਨੂੰ, ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ. ਤੇ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਵੀ ਪਸੰਦ ਕੀਤਾ ਗੀਤ. ਤੇ ਨਾ ਇਸ ਸੌਂਗ ਬਾਜੀ ਅਮਨ ਸਰਾਂ, ਥੈਂਕ ਯੂ. ਅੱਛਾ ਤੇ ਤੁਸੀਂ ਮੈਨੂੰ ਦੱਸ ਦਿਓ, ਓ ਆਈ ਐਮ ਡਾਇੰਗ ਟੂ ਸੀ ਯੂ ਐਂਡ ਬਾਨਿਕਾ ਗੱਪੀ ਟੁਗੈਦਰ ਔਨ ਸਕਰੀਨ. ਯੈਸ, ਵੀ ਆਰ ਕਮਿੰਗ ਔਨ 21 September ਨੇੜੇ ਤੇੜੇ ਨਿਕਲ ਜਾਂਦਾ 3 ਮੀ ਐਂਡ ਬਾਨਿਕਾ. ਹਾਂ ਕਰਦੀ ਇਹ ਸੌਂਗ ਪਲੀਜ਼. ਇਹ ਕਿਹੜਾ ਭਾਈ, ਹਾਂ ਕਰਗੀ, ਨਾਮ ਤਾਂ ਲੈ ਦੋ ਅਫੀਸ਼ੀਅਲ. ਅਗਲੀ ਇੱਕ ਵਾਰੀ ਹੋਰ ਕਹੀ ਬਾਈ, ਕਿੱਥੇ ਜੱਟਾ ਪਿੰਡ ਕਦੋਂ ਆਉਣਾ ਅਸ਼ਟਮਾਨ ਬਾਈ ਪਿੰਡ ਆਵਾਂਗੇ. ਪਿੰਡ ਹੀ ਆ ਬਾਈ, ਇੱਥੇ ਤਾਂ ਫਿਰਦੇ ਨਾ ਪੈ ਲੜਦੇ ਆ. ਚੱਲ ਚਿੱਤ ਮਹੀਨੇ ਜਾ ਵੜਾਂਗੇ, 10 ਮਿੰਟ ਲੱਗਦਾ ਪਿੰਡ ਨੂੰ. ਜਿੱਥੇ ਵਿਹਲੇ ਜੋ ਮਾੜੇ ਜੇ ਇੱਥੋਂ ਸ਼ੂਟ ਲੋ, ਅਜੇ ਹੁਣੇ ਪੈਕਅਪ ਹੋਇਆ, ਹੁਣ ਤਾਂ ਚੱਲਿਆ ਵਰਕਆਊਟ ਲਾਉਣ. ਓਨਲੀ ਪਟਾਟਾ ਜੀ ਬਾਈ, ਥੈਂਕ ਯੂ ਯਾਰ. ਵੀਡੀਓ ਪੇ ਚੱਲੇ ਵੀ ਥੈਂਕ ਯੂ ਵੀਰਿਆ, ਜਾਉਂਦਾ ਰਹਾ. ਥੈਂਕ ਯੂ, ਸਾਰਾ ਤੈਨੂੰ ਭਾਗ ਲਾਵੇ, ਜਾਉਂਦਾ ਰਹਾ. ਅਫੀਸ਼ੀਅਲ ਪਟਿਆਲਾ ਸ਼ਹੀ ਵਾਲਾ ਵੀਰ, ਹੂ ਆਰ ਯੂ ਬ੍ਰਦਰ? ਮੈਂ ਬਾਈ ਅਮਰਿੰਦਰਪਾਲ ਸਿੰਘ. ਤੇ ਮਮਾ ਏਡਾ ਨੌ ਲਿਖਿਆ ਵੈਨ ਵੀ ਬਿਰਕ AMMYVARK ਉੱਥੋਂ ਪੜ੍ਹ ਐਮੀ ਬਿਰਕ, ਹੂ ਆਰ ਯੂ? ਤੂੰ ਅੰਗਰੇਜ਼ੀ ਚ ਕਹਿ, ਮੈਨੂੰ ਜ਼ਿਆਦਾ ਦੁੱਖ ਹੀ ਨਹੀਂ ਹੋਇਆ. ਜੇ ਪੰਜਾਬੀ ਜਾਣ ਵਾਲਾ ਕੌਣ ਹੋ ਤੂੰ, ਫਿਰ ਮੈਂ ਤੈਨੂੰ ਕਹਿਣਾ ਵੀ ਮੈਂ ਕੀ ਹੈ. ਜਸ ਕਿਡਿੰਗ, ਸਵਾਲ ਲੈਂਦੇ ਬਾਈ. ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਸਾਰੇ ਗਾਣਿਆਂ ਨੂੰ, ਸਾਰੀਆਂ ਫਿਲਮਾਂ ਨੂੰ. ਤੇ ਅਸੀਂ ਹੁਣ ਬਸ 2 ਹਿੰਦੀ ਫਿਲਮਾਂ ਨੈਕਸਟ ਈਅਰ ਆਪਣੀਆਂ, 2 ਜਾਂ 3 ਪੰਜਾਬੀ ਹੋਣਗੀਆਂ, ਤੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੂਗਾ. ਤੇ ਐਲਬਮ ਵੀ ਆਪਣੀ ਜੂਨ ਮੋਸਟ ਪ੍ਰੋਬਬਲੀ ਫਸਟ ਵੀਕ ਜਾਂ ਜੂਨ ਦੇ 10-12 ਤਰੀਕ ਨੂੰ ਫਿਲਮ ਰਿਲੀਜ਼ ਹੋ ਜਾਣੀ ਜੂਨ ਦੀ, ਜਿਹੜੀ ਐਲਬਮ ਆ. ਲਵ ਯੂ ਟਰੱਕ ਭਰ ਕੇ ਅਫੀਸ਼ੀਅਲ ਅਰਸ਼ ਔਲਖ, ਥੈਂਕ ਯੂ ਬ੍ਰਦਰ. ਜਿਉਂਦਾ ਹਿੱਟ ਬੰਦਾ ਯਾਰ ਜਸਵਾਲ, ਥੈਂਕ ਯੂ ਬਾਈ, ਮਿਹਰਬਾਨੀ. ਤੁਹਾਡੇ ਸਿਰ ਤੇ ਹੀ ਭਰਾ ਸਾਰਾ ਕੁਝ. ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ, ਬਹੁਤ ਬਹੁਤ ਪਿਆਰ ਸਤਿਕਾਰ, ਹਿੰਮਤ ਦਿਓ, ਮਾਰਾ ਰੱਖੇ ਸੁੱਖ. ਤੇ ਚੰਗਾ ਗਾਵਾਂਗੇ, ਚੰਗਾ ਪਾਵਾਂਗੇ, ਚੰਗਾ ਖਾਵਾਂਗੇ, ਚੰਗਾ ਹੰਡਾਵਾਂਗੇ, ਚੰਗਾ ਵਰਤਾਂਗੇ. ਤੇ ਮਹਾਰਾਜ ਤੁਸੀਂ ਬਸ ਦੁਆਵਾਂ ਦਿੰਦੇ ਰਹੋ, ਚੱਲਦਾ ਰਹਿੰਦਾ ਕੰਮ. ਵਾਧੇ ਘਾਟੇ ਚਲਤੇ ਹੈ ਦੁਨੀਆਂ ਮੈਂ, ਜ਼ਿੰਦਗੀ ਮੈਂ ਚਲਤੇ ਰਹਤੇ ਹੈ. ਸੋ ਕੋਈ ਟੈਨਸ਼ਨ ਨਹੀਂ ਕਿਸੇ ਬਾਤ ਕੀ, ਫੇਰਾ ਦਿੱਤਾ ਮਹਾਰਾਜ ਨੇ, ਕੋਈ ਨੀ. ਪੱਗ ਵਾਲੀ ਕੈਂਪ ਨੀ ਪਰਨਾ, ਛੋਟੇ ਭਾਈ ਜਾਂ ਵੀਰ, ਵੱਡਾ ਵੀਰ
ਥੈਂਕ ਯੂ ਭਾਜੀ, ਥੈਂਕ ਯੂ ਤੇ ਜਿੰਨਾ ਹੋ ਸਕਦਾ ਭਾਜੀ ਤੁਸੀਂ ਸਪੋਰਟ ਕਰਿਓ, ਜਿੰਨਾ ਵੀ ਹੋ ਸਕਦਾ ਕਿਸੇ ਦੇ ਵੀਰ ਭਾਈ ਦਾ ਜਿੱਦਾਂ ਨੁਕਸਾਨ ਹੋਇਆ ਤੁਸੀਂ ਕਰ ਲਓ ਵੀਰੇ ਆਪਦੇ ਲਓ, ਹਨਾ ਥੈਂਕ ਯੂ ਮਿਹਰਬਾਨੀ ਬਾਈ ਜੀ। ਤੇ ਹੋਰ ਦੱਸੋ, ਮਿਸਿੰਗ ਸ਼ਾਂਤੀ ਹਾਊਸ, ਸ਼ਾਂਤੀ ਵੀ ਹੈ ਬਾਈ ਫਿਲਮ ਚ, ਨਿੱਕਾ ਜਿਹਾ ਆਪਦਾ ਫਰੀ ਉਹਦੇ ਚ ਸ਼ਾਂਤੀ ਵੀ ਹੈ, ਤੇ ਉਹ ਜਦੋਂ ਤੁਸੀਂ ਫਿਲਮ ਦੇਖੋਗੇ ਤੁਸੀਂ ਹੱਸੋ ਖੇਡੋਗੇ ਫਿਲਮ ਦੇਖ ਕੇ। ਤੇ ਹੋਰ ਤੁਸੀਂ ਫਰਮਾਇਸ਼ ਦੱਸੋ, ਤੁਹਾਨੂੰ ਗੀਤ ਕਿਹੜਾ ਸੁਣਾਵਾਂ ਮੈਂ, ਗੀਤ ਸੁਣਾ ਦਿੰਦਾ ਮੇਰਾ ਹੁਣੇ ਜਸਟ ਪੈਕਅਪ ਹੋਇਆ ਜੇ ਫ੍ਰੀ ਹੋਇਆ, ਸੋ ਮੈਂ ਚੱਲ ਆਪਣੇ ਸੱਜਣਾ ਮਿੱਤਰਾਂ ਨੂੰ ਮਿਲ ਲਈਏ, ਉਸ ਤੋਂ ਬਾਅਦ ਮੈਂ ਚੱਲੇ ਜਿਮ, ਕੋਕ ਪੀ ਜਾਂਦਾ ਮੈਂ 0.6 ਕੈਲੋਰੀਜ਼ ਕੋਕ ਡਾਇਟ ਕੋਕ, ਕਦੇ ਕਦੇ ਪੀ ਲੈਣਾ ਚਾਹੀਦਾ, ਕਹਿੰਦੇ ਗਰਮੀ ਬਹੁਤ ਆ ਬਾਹਰ ਯਾਰ, ਨਿੰਬੂ ਪਾਣੀ ਪੀ ਲਿਆ ਦੁਪਹਿਰੇ। ਮੈਂ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬਾਈ ਜੀ, ਰਹਿਮਤ ਸਿੰਘ ਸੰਧੂ, ਸੋਹਣਾ ਨਾਮ ਵੀਰ ਤੇਰਾ, ਫਕੀਰਾ ਗੀਤ ਸੁਣਾਵਾ ਯਾਰ, ਬੜੀ ਔਖੀ ਫਰਮਾਇਸ਼ ਆ, ਇਹ ਗੁਰਨਾਮ ਤੋਂ ਸੁਣ ਲਈ ਵੀਰ ਬਣ ਕੇ ਯਾਰ, ਗੁਰਨਾਮ ਛੋਟਾ ਭਾਈ ਆਪਣਾ ਸੁਣਾ ਦੂਗਾ ਤੇਰੀ ਯਾਦ ਮੈਨੂੰ ਤੜਪਾਵੇ, ਮੈਨੂੰ ਤੇ ਚੈਨ ਨਾ ਆਏ, ਮੈਨੂੰ ਜਿਸਮ ਚੋਂ ਮੇਰੇ ਜਾਨੀ, ਤੇਰੇ ਜਿਸਮ ਦੀ ਖੁਸ਼ਬੂ ਆਵੇ, ਮੈਂ ਚਾਹੇ ਜਾਗਾ ਮੈਂ ਚਾਹੇ ਸੋਵਾ, ਤੰਗ ਕਰਦੇ ਨੇ ਖਿਆਲ ਤੇਰੇ, ਓ ਫਕੀਰਾ ਓ ਫਕੀਰਾ, ਮੈਨੂੰ ਲੈ ਜਾਵੇ ਤੂੰ ਨਾਲ ਤੇਰੇ, ਤੇਰੇ ਬਿਨਾਂ ਕੌਣ ਪੁੱਛੂਗਾ ਮੈਨੂੰ, ਹਾਏ ਵੇ ਸੱਜਣਾ ਹਾਲ ਮੇਰੇ, ਓ ਫਕੀਰਾ। ਥੈਂਕ ਯੂ ਸੋ ਮਚ, ਗੁਰਨਾਮ ਬਹੁਤ ਸੋਹਣਾ ਗਾਉਂਦਾ ਉਧਰ ਸੁਣ, ਮੈਂ ਜਿੰਨੇ ਕੁ ਯੁੱਗ ਹੈਗਾ ਮੈਂ ਆਪਦੇ ਗਾਈ ਜਾਂਦਾ ਬਾਈ ਜੀ, ਮਿੱਠੇ ਮਿੱਠੇ ਜੇ ਜਾਂ ਮਤਲਬ ਨੱਚਣੇ ਵਾਲੇ, ਤੇ ਸੋਹਣੇ ਗਵਈਏ ਪੰਜਾਬ ਚ ਹੋਰ ਜਿਹਨੂੰ ਜਿਹੜਾ ਜਿਹੜਾ ਗਾਣਾ ਫੱਬਦਾ ਆਪਾਂ ਫਿਲਮ ਚ ਗਵਾ ਲੈਂਦੇ ਉਹਨਾਂ ਤੋਂ, ਜਿਵੇਂ ਕਮਲ ਖਾਨ ਭਾਜੀ ਨੇ ਆਵਾਜ਼ ਗਾਇਆ ਬਹੁਤ ਸੋਹਣਾ, ਪ੍ਰੈਕੀ ਭਾਜੀ ਨੇ ਗਾਇਆ ਕੌਣ ਹੋਏਗਾ ਐਂਡ ਢੋਲਣਾ, ਮੈਨੂੰ ਛੇਤੀ ਛੇਤੀ ਮਿਲ ਢੋਲਣਾ, ਮੈਂ ਤੇ ਠੀਕ ਨਹੀਂ ਆ ਤੇਰੇ ਬਿਨ, ਅੱਜ ਇੱਕ ਟੁੱਟਿਆ ਤਾਰਾ ਵੇਖਿਆ, ਜਵਾਈ ਮੇਰੇ ਵਰਗਾ ਸੀ, ਤੇ ਚੰਨ ਨੂੰ ਕੋਈ ਫਰਕ ਪਿਆ ਨਾ, ਜਵਾਈ ਤੇਰੇ ਵਰਗਾ ਸੀ, ਇਹ ਤੂੰ ਜੋ ਕੀਤੀ ਮੇਰੇ ਨਾਲ ਉਦਾਏ ਆਲਮ ਹੈ, ਕਿ ਅੱਜ ਇੱਕ ਕੋਇਲ ਰੋਂਦੀ ਵੇਖੀ ਮੈਂ ਮੇਰਾ ਹਾਲ ਵੇਖ ਕੇ, ਕਿ ਸਾਡੇ ਅੱਗੇ ਗਮ ਵੀ ਸਿਰ ਝੁਕਾਉਂਦੇ ਨੇ, ਤੇ ਪੀੜਾਂ ਲੰਘ ਜਾਂਦੀਆਂ ਸਾਨੂੰ ਮੱਥੇ ਟੇਕ ਕੇ, ਅੱਜ ਇੱਕ ਟੁੱਟਿਆ ਤਾਰਾ ਵੇਖਿਆ, ਜਵਾਈ ਮੇਰੇ ਵਰਗਾ ਸੀ, ਤੇ ਚੰਨ ਨੂੰ ਕੋਈ ਫਰਕ ਪਿਆ ਨਾ, ਜਵਾਈ ਤੇਰੇ ਵਰਗਾ ਸੀ। ਥੈਂਕ ਯੂ ਜੀ ਗਾਈਸ, ਥੈਂਕ ਯੂ। ਹੋਰ ਫਰਮਾਇਸ਼ ਕੋਈ, ਬੈਸਟ ਆਫ ਲੱਕ, ਥੈਂਕ ਯੂ ਵੀਰਾ ਜੀ। ਜਿਹੜਾ ਗਾਣਾ ਹੈ ਕਾਲਾ ਸੂਟ, ਉਹ ਰਿਲੀਜ਼ ਹੋਣਾ ਆ ਹੋਗਾ ਚੱਜ, ਤੇ ਕਿਹੜਾ ਦੂਜਾ ਉਹ ਨੀ, ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾ ਨਾਪ, ਜੋ ਤੇਰੇ ਦਿਲ ਵਿੱਚ ਧੜਕ ਰਿਹਾ ਮੈਨੂੰ ਬਿਲਕੁਲ ਸੁਣਦਾ ਸਾਫ, ਉਹ ਵੀ ਛੇਤੀ ਰਿਲੀਜ਼ ਕਰਾਂਗੇ, ਉਹ ਇੰਨਾ ਕੀ ਗਾਣਾ ਮੇਰਾ ਉਹ ਫਿਲਮ ਦੇ ਵਿੱਚ। ਸੋ ਬਹੁਤ ਜ਼ਿਆਦਾ ਫਰਮਾਇਸ਼ਾਂ ਨੇ ਉਹ ਗੀਤੀਆਂ, ਤੇ ਉਹ ਅੱਜ ਸਵੇਰ ਦੇ ਵਿੱਚ ਗਾਣਾ ਰਿਕਾਰਡ ਕੀਤਾ ਜਾਊਗਾ ਸਾਰਾ, ਸੋ ਤੁਹਾਡੇ ਸਾਰਿਆਂ ਦੇ ਪੇਸ਼ੇ ਖਿਦਮਤ ਉਹਨੂੰ 2-4 ਦਿਨਾਂ ਦੇ ਵਿੱਚ ਕਰ ਦਿਆਂਗੇ, ਬਿਕੋਜ਼ ਫਿਲਮ ਦੇ ਵਿੱਚ ਉਹਨਾਂ ਕੀ ਸੀਗਾ, ਨਹੀਂ ਮੈਂ ਕੰਮ ਧੰਦੇ ਸਾਰੇ ਛੱਡ ਕੇ, ਤੇ ਉਹ ਜਿਹੜਾ ਹੁਣ ਪੂਰਾ ਗਾਣਾ ਹੈ ਅੱਜ ਰਿਕਾਰਡ ਰਾਤ ਨੂੰ ਭਾਜੀ ਕਰਨਗੇ ਕਮੀਤ ਭਾਈ, ਕੱਲ ਪਰਸੋਂ ਤੇ ਮੈਂ ਕਰ ਦੂੰਗਾ, ਜੇ ਮੈਨੂੰ ਸੂਚ ਜਾਵੇ ਆਪਾਂ ਚੱਕਦੇ ਕੰਮ, ਜੰਮੂ ਛੇਤੀ ਆਵਾਂਗੇ ਵੀਰ ਜੀ, ਸ਼ੋ ਰੱਖੋ ਆਵਾਂਗੇ, ਤੇ ਹੋਰ ਤਾਂ ਕੁਛ ਟਾਈਮ ਲੱਗਿਆ ਨੀ ਵੀਰ, ਉੱਧਰ ਰਿਸ਼ਤੇਦਾਰੀ ਵੀ ਆਏ ਨੀਗੀ, ਤੇ ਰਿਸ਼ਤੇਦਾਰ ਨਾਨਕੇ ਨੂਨਕੇ ਹੁੰਦੇ ਤਾਂ ਆ ਜਾਂਦੇ ਉੱਧਰ ਨੂੰ, ਕਦੇ ਆਈ ਨੀ ਨਾ ਭੂਆ ਸਾਡੀ ਉੱਧਰ ਨਾ ਮਾਸੀ, ਤੇ ਤੁਸੀਂ ਬਾਈ ਸੱਦੋ ਪ੍ਰੋਗਰਾਮ ਰੱਖ ਲਓ, ਸੱਦ ਲਓ ਕਿਸੇ ਦਿਨ ਜਦ ਵਿਹਲੇ ਹੋ ਜਾਵਾਂਗੇ। ਥੈਂਕ ਯੂ ਜੀ, ਮਿਹਰਬਾਨੀ, ਕਿਸਮਤ 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 ਅਧੂਰੇ ਚਾਹ
ਮੁੰਬਈ ਆ ਜਾਓ ਪਲੀਜ਼, ਮੁੰਬਈ ਆਵਾਂਗੇ, ਮੁੰਬਈ ਤਾਂ ਹੁਣ ਗਾਂ ਕੰਮ ਪੈਂਦੇ ਰਹਿਣਗੇ, ਮੁੰਬਈ ਉੱਥੇ ਹੀ ਰਹਿਣਾ ਆਪਾਂ, ਹੁਣ 3 ਮਹੀਨੇ ਬਾਹਰ ਆ ਤੇ ਫਿਰ ਉਸ ਤੋਂ ਬਾਅਦ ਚ ਮੁੰਬਈ ਸ਼ੂਟ ਹੈ ਜੀ। ਵੀਡੀਓ ਕਾਲ ਵੀਰ ਜੀ ਪਲੀਜ਼, ਵੀਰ ਜੀ ਪਲੀਜ਼ ਐਡ ਵੀਡੀਓ ਕਾਲ ਪਲੀਜ਼, ਬਈ ਕਰੀ ਦਿਆ ਗੱਲ ਆਪਾਂ ਜੱਟ ਦਾ ਕਲੇਜਾ। ਹੁਣ ਅੱਖਾਂ ਭੂਰੀਆਂ ਤੇ ਕਣਕੀ ਜਾ ਰੰਗ ਸੀ, ਅੱਖਾਂ ਭੂਰੀਆਂ ਤੇ ਕਣਕੀ ਜਾ ਰੰਗ ਸੀ, ਸੀ ਲੱਗਦੀ ਸਹੇਲੀ ਹੀਰ ਦੀ, ਉਹ ਕੁੜੀ ਜਿੱਦਣ ਦੀ ਅੱਖਾਂ ਥਾਣੀ ਲੰਘ ਗਈ, ਉਹ ਜੱਟ ਦਾ ਕਲੇਜਾ ਚੀਰ ਗਈ, ਜੱਟ ਦਾ ਕਲੇਜਾ ਚੀਰ ਗਈ। ਥੈਂਕ ਯੂ ਸੋ ਮਚ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਬਾਈ, ਮਿਹਰਬਾਨੀ, ਥੈਂਕ ਯੂ, ਥੈਂਕ ਯੂ ਬਾਈ, ਗਾਈਜ਼ ਲਵ ਯੂ ਸੋ ਮਚ। ਮੈਂ ਇੰਨੇ ਕਹਿਣਾ ਸੀ ਵੀ ਗਾਣਾ ਰਿਲੀਜ਼ ਹੋ ਗਿਆ ਕਾਲਾ ਸੂਟ, ਮੈਂ ਸਟੋਰੀ ਪਾਈ ਆ, ਉਹਨੂੰ ਤੁਸੀਂ ਸਵਾਈਪ ਅਪ ਕਰਕੇ ਦੇਖ ਲਿਓ ਤੇ ਯੂਟਿਊਬ ਤੇ ਆ ਕੇ ਦੇਖ ਲਿਓ, ਤੇ ਮੁਕਲਾਵਾ ਜਿਹੜੀ ਫਿਲਮ ਹੈ ਉਹ ਰਿਲੀਜ਼ ਹੋ ਜਾਣੀ ਗਾਈਜ਼ 24th of May। ਥੈਂਕ ਯੂ, ਚਲੋ ਵਾ, ਲਵ ਯੂ ਸੋ ਮਚ, ਆਈ ਲਵ ਯੂ ਸੋ ਮਚ, ਆਈ ਲਵ ਯੂ ਸੋ ਮਚ, ਥੈਂਕ ਯੂ ਗਾਈਜ਼, ਸੀਅਰਸ, ਕੱਲ ਪਰਸੋਂ ਫੇਰ ਹੁੰਦੇ ਇਕੱਠੇ, ਓਕੇ ਗਾਈਜ਼, ਥੈਂਕ ਯੂ। ਸੁਣਾ ਦੇ ਕੁਛ, ਤੂੰ ਸੁਣਾ ਦੇ, ਬਸ ਗਾਣਾ ਸੁਣੋ, ਬਜਾਓ, ਟਿਕਟੋਕ ਬਣਾਓ, ਨਜ਼ਾਰੇ ਲਓ, ਟਿਕਟੋਕ ਤਾਂ ਬੰਦ ਹੋ ਗਈ ਉਹ ਕਹਿੰਦੇ, ਕਿਰਾ ਦੇਣੀ ਆਪਣੇ ਕਹਿ ਕੇ ਗੌਰਵ ਨਹੀਂ, ਚਿੱਲ ਕਰ ਰਹੇ ਨੇ ਮੱਕਰ ਜੀ। ਓਏ ਓਏ ਓਏ, ਹੋਰ ਬਿਆੰਤ ਸਿੰਘ ਜੀ ਵਧੀਆ, ਠੀਕ ਠਾਕ, ਸਿਹਤਾਂ ਵੈਰੀ ਗੁੱਡ, ਅੱਜ ਭਲਵਾਨ ਤੇ, ਚਲੋ ਗਾਇਸ ਟੇਕ ਕੇਅਰ, ਬਾਏ ਬਾਏ। ਹਾਂ ਓਏ ਹਾਏ ਹਾਏ, ਕੀ ਬਾਤ, ਚਿੰਤਾ ਬਾਤ, ਉਧਰ ਵੀ ਦੇਖ ਰਿਹਾ ਮੈਂ ਤਾਂ, ਗੌਰ ਨਹੀਂ ਕਰੀ, ਨਹੀਂ ਅਸੀਂ ਦਿਖਾਉਂਦੇ ਆਪਾਂ ਸਾਰਿਆਂ ਨੂੰ ਆਪਾਂ, ਚਲੋ ਯਾਰ ਉਹ ਦੇਖੋ ਸਮਾਂ ਦੇਖ ਲੈ, ਚਲੋ ਗਾਇਸ ਓਕੇ ਟੇਕ ਕੇਅਰ, ਲਵ ਯੂ, ਬਾਏ ਬਾਏ, ਟਾਟਾ, ਥੈਂਕ ਯੂ।